ਜਿਹਨਾਂ ਨੂੰ ਲੱਭਦਾ ਹੀ ਨਹੀਂ ਉਹ ਵੀ ਤਾਂ ਬੈਠਾ ਹੀ ਆ। ਡਾਕਟਰ ਸਾਹਿਬ ਡੇਲੀ ਮੈਂ 200 ਦੀ ਦਵਾਈ ਲੈਣਾ, ਕੋਈ ਫਾਇਦਾ ਨਹੀਂ ਹੋਇਆ। ਅੱਜ ਤੂੰ ਸਾਨੂੰ 150 ਦੇਣਾ, ਤੇਰੇ ਪਜਾਮਾ ਦਾ ਫਾਇਦਾ ਹੋ ਗਿਆ। ਜੀ ਆਪਣਾ ਕੰਜਰਾ ਨਾ ਮੁਕਾਓ, ਮੈਂ ਬਹੁਤ ਪਰੇਸ਼ਾਨ ਆ। ਅੱਛਾ ਜੀ ਕੀ ਗੱਲ ਕੀ ਆ? ਮੈਨੂੰ ਬੱਚਾ ਨਹੀਂ ਹੋ ਰਿਹਾ। ਅੱਛਾ ਭਾਈ ਨਾ ਬੇਜ਼ਬਾਨ ਦਾ ਸਾਹ ਘੁੱਟਿਆ। ਅੱਛਾ ਬੇਜ਼ਬਾਨ ਨੂੰ ਮਾੜੀ ਜੀ ਜ਼ਬਾਨ ਲਾ ਸਕਦੇ ਹੋ? ਅੱਛਾ ਤੁਸੀਂ ਡਾਕਟਰ ਤੇ ਮਾਸ਼ਾਅੱਲਾ ਬਣ ਗਏ ਹੋ ਤਨੀਮੀ। ਡਾਕਟਰ ਸਾਹਿਬ ਇਹਦਾ ਵੈਸੇ ਨਾਮ ਕੀ ਆ? ਇਹਦਾ ਨਾਂ ਹੈਗਾ ਆ। ਇਹਦਾ ਨਾਮ ਤਾਂ ਉਹ ਯਾਦ ਕਰਨਾ ਜਦੋਂ ਕੋਈ ਨਾਂ ਹੋਵੇ। ਮੇਰੇ ਕੋਲ ਤਾਂ ਹੈਗਾ, ਮੈਂ ਆਪ ਨੂੰ ਦੱਸੂੰਗਾ ਵੀ ਆ ਵਾ ਡਾਕਟਰ। ਨਹੀਂ ਬਸ ਲਾਸਟ ਹਮਾਰਾ ਜੋ ਪੇਸ਼ੈਂਟ ਰਹਿ ਗਿਆ ਉਸਕੇ ਬਾਅਦ ਹਮ ਬਿਜ਼ੀ ਹੈ। ਇਹ ਵੀ ਡਾਕਟਰ ਆ? ਇਹ ਲੇਡੀ ਡਾਕਟਰ ਆ, ਬੜੀ ਪੜ੍ਹੀ ਲਿਖੀ ਆ। ਇਹਦਾ ਕਲੀਨਿਕ ਬਾਵਾ ਚੱਲਦਾ, ਦੇਖ ਕਿਵੇਂ ਜੇਬਾਂ ਫੁੱਲ ਕੀਤੀਆਂ। ਹਾਂ ਕੀ ਕਹਿੰਦਾ ਤੂੰ? ਇਹ ਮੈਨੂੰ ਜ਼ਲੀਲ ਕਰਾਇਆ ਪਿਆ ਤੂੰ, ਤੇਰੀ ਵਜ੍ਹਾ ਨਾਲ ਮੈਂ ਕਿਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ। ਨਾ ਕਰ ਨਾ ਕਰ, ਹੋਸ਼ ਪਾੜ ਮਾੜੀ ਜੀ ਹੋਸ਼ ਪਾੜ। ਡਾਕਟਰ ਹੁਣ ਤਾਂ ਅਗਲੀ ਆਪ ਚੱਲ ਕੇ ਆਈ ਆ। ਇਹ ਕਿਹਦੇ ਨਾਲ ਗੱਲਾਂ ਕਰ ਰਿਹਾ? ਇਹ ਆਪਣੇ ਭਾਣਜੇ ਨਾਲ। ਆ ਕਿਤੇ ਐਵੇਂ ਆ ਜਾਂਦਾ? ਕਿਵੇਂ ਹੁੰਦਾ? 750 ਦਾ ਹੁੰਦਾ। ਆ ਯੂ ਐਡ ਵੈਕਸ਼ਨ ਆਈ ਕਮ ਟੂ ਸੇ ਹਿਟ ਅ ਲੋਟ ਮੇਰਾ ਦਿਮਾਗ ਦਾ ਖਾ। ਆ ਡਿਸਕ੍ਰੈਟ ਮੀ ਐਂਟੀਬਾਇਟੀ ਮਰਾਉਣ ਯਾਰ ਤੇਰੇ ਸਾਹਮਣੇ ਖਲੋਤਾ। ਆ ਯੂ ਐਡ ਵੈਕਸ਼ਨ ਆਈ ਬਿਗਰ ਲੋਟ 1 ਰੁਪਈਆ ਨਹੀਂ ਬਟਿਆ ਦੇ ਕੁੱਤੇ ਤਰਾ ਪਾਪੀ ਜਾਣਾ। ਆਈ ਡੋਂਟ ਕਰੋਟ ਐਂਟੀਬਾਇਟੀ ਕਲੈਸ਼ ਐਂਟੀਬਾਇਟੀ ਮਰਾਉਣ ਨੂੰ ਮੁੰਡੇ ਦੇ ਸਾਹਮਣੇ ਮੇਰੇ ਤੋਂ ਚੰਡਾ ਖਾਏਗਾ।